ਸਰਬੱਤ ਖਾਲਸਾ ਸਣੇ ਮੌਜੂਦਾ ਘਟਨਾਕ੍ਰਮ ਚ ਪੰਥਕ ਪੰਥ ਨੂੰ ਪਹੁੰਚ ਰਹੇ ਨੁਕਸਾਨ ਤੇ ਫਿਕਰਮੰਦ ਹੋਇਆ ਅਕਾਲੀ ਦਲ ਪ੍ਰੈਸ ਕਾਨਫਰੰਸ ਵਿੱਚ ਢੀਂਡਸਾ ਨੇ ਬੇਅਦਬੀ ਨੂੰ ਦੱਸਿਆ ਵਿਰੋਧੀਆਂ ਦੀ ਸਾਜ਼ਿਸ਼ ਬੋਲੇ ਛੇਤੀ ਸੱਚ ਆਏਗਾ ਸਾਹਮਣੇ ਬਿਹਾਰ ਦੇ ਜਨਾਦੇਸ਼ ਤੇ ਅਕਾਲੀ ਦਲ ਦੇ ਵੱਲੋਂ ਨਿਤਿਸ਼ ਕੁਮਾਰ ਨੂੰ ਦਿੱਤੀ ਗਈ ਵਧਾਈ ਸੁਖਦੇਵ ਢੀਂਡਸਾ ਬੋਲੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਪੰਜਾਬ ਤੇ ਨਹੀਂ ਪਏਗਾ ਅਸਰ ਪੰਜਾਬ ਵਿੱਚ ਬੀਜੇਪੀ ਅਕਾਲੀ ਦਲ ਗੱਠਜੋੜ ਮਜ਼ਬੂਤ ਦੋਨੋਂ ਮਿਲ ਕੇ ਲੜਨਗੇ ਚੋਣਾਂ ਸਰਬੱਤ ਖਾਲਸਾ ਨੂੰ ਲੈ ਕੇ ਸਿੱਖ ਸਟੂਡੈਂਟ ਫੈਡਰੇਸ਼ਨ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਿੱਛੇ ਖਿੱਚੇ ਪੈਰ ਕਿਹਾ ਸਰਬੱਤ ਖਾਲਸਾ ਦੀ ਥਾਂ ਸਰਬੱਤ ਖਾਲਸਾ ਦੀਆਂ ਤਿਆਰੀਆਂ ਹੋਣਾ ਚਾਹੀਦਾ ਸਮਾਗਮ ਦਾ ਨਾਮ ਵਿਸਾਖੀ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਕੀਤੀ ਅਪੀਲ ਅੰਮ੍ਰਿਤਸਰ ਦੇ ਪਿੰਡ ਚੱਬਾ ਚ ਅਰੰਭੇ ਸ੍ਰੀ ਗਏ ਸ੍ਰੀ ਅਖੰਡ ਪਾਠ ਸਾਹਿਬ 10 ਨਵੰਬਰ ਨੂੰ ਚੱਬਾ ਪਿੰਡ ਵਿੱਚ ਹੀ ਸਰਬੱਤ ਖਾਲਸਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਬੋਲੇ ਸਰਬੱਤ ਖਾਲਸਾ ਦਾ ਨਹੀਂ ਬਦਲਿਆ ਜਾਵੇਗਾ ਨਾਮ ਬਿਹਾਰ ਚੋਣਾਂ 'ਚ ਮਹਾਂਗਠਜੋੜ ਦੀ ਮਹਾਂਜਿੱਤ 150 ਤੋਂ ਵੱਧ ਸੀਟਾਂ ਅਤੇ ਜਿੱਤ ਨਾਲ ਮੁੜ ਤੋਂ ਨਿਤਿਸ਼ ਕੁਮਾਰ ਦਾ ਬਿਹਾਰ ਦਾ ਮੁੱਖ ਮੰਤਰੀ ਬਣਨਾ ਤੈਅ ਬੀਜੇਪੀ ਨੇ ਕਿਹਾ ਲੋਕਾਂ ਦੇ ਫੈਸਲੇ ਅੱਗੇ ਝੁਕਾਉਂਦੇ ਹਾਂ ਸਿਰ ਬਿਹਾਰ ਦੇ ਵੋਟਰਾਂ ਨੇ ਨਰਿੰਦਰ ਮੋਦੀ ਨੂੰ ਦਿੱਤਾ ਵੱਡਾ ਝਟਕਾ ਨਾ ਪੈਕੇਜ ਕੰਮ ਆਇਆ ਨਾ ਵਿਕਾਸ ਦਾ ਏਜੰਡਾ ਪਿਛਲੇ ਵਿਧਾਨ ਸਭਾ ਚੋਣਾਂ ਤੋਂ ਵੀ ਖਰਾਬ ਪ੍ਰਦਰਸ਼ਨ ਬਿਹਾਰ 'ਚ ਜਿੱਤਦੇ ਅਕਾਲੀ ਦਲ ਬਾਦਲ ਵੱਲੋਂ ਨਿਤਿਸ਼ ਕੁਮਾਰ ਨੂੰ ਵਧਾਈ ਢੀਂਡਸਾ ਬੋਲੇ ਬਿਹਾਰ 'ਚ ਬੀਜੇਪੀ ਦੀ ਹਾਰ ਨਾਲ ਪੰਜਾਬ 'ਚ ਅਕਾਲੀ ਦਲ ਬੀਜੇਪੀ ਗੱਠਜੋੜ ਤੇ ਨਹੀਂ ਪਵੇਗਾ ਅਸਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਯਮੁਨਾਨਗਰ ਦੇ ਦੌਰੇ ਤੇ ਕਈ ਸਮਾਗਮਾਂ 'ਚ ਲੈ ਰਹੇ ਨੇ ਹਿੱਸਾ ਬਿਹਾਰ 'ਚ ਬੀਜੇਪੀ ਦੀ ਹਾਰ ਨੂੰ ਖੱਟਰ ਨੇ ਦੱਸਿਆ ਲੋਕ ਰਾਜ ਦੀ ਜਿੱਤ ਸ਼ਿਵ ਸੈਨਾ ਨੇ ਨਿਤਿਸ਼ ਨੂੰ ਦੱਸਿਆ ਮਹਾਨਾਇਕ ਕਿਹਾ ਬਿਹਾਰ ਦੇ ਨਤੀਜੇ ਬਦਲਣਗੇ ਦੇਸ਼ ਦੀ ਤਸਵੀਰ ਸਰਕਾਰ ਦੇ ਖਰੀਦ ਪ੍ਰਬੰਧਾਂ ਤੇ ਉੱਠੇ ਸਵਾਲ ਬਠਿੰਡਾ ਮੰਡੀ 'ਚ ਕਈ ਦਿਨਾਂ ਤੋਂ ਬੈਠੇ ਨੇ ਕਿਸਾਨ ਨਹੀਂ ਹੋ ਰਹੀ ਫਸਲਾਂ ਦੀ ਲਿਫਟਿੰਗ ਸਰਕਾਰ ਤੋਂ ਮੰਗ ਛੇਤੀ ਕੀਤੀ ਜਾਵੇ ਫਸਲਾਂ ਦੀ ਲਿਫਟਿੰਗ ਜਲੰਧਰ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੀ ਖਸਤਾਹਾਲ ਇਮਾਰਤ ਦੇ ਰਹੀ ਹਾਦਸੇ ਨੂੰ ਸੱਦਾ 440 ਸਕੂਲਾਂ 'ਤੇ ਨਜ਼ਰ ਰੱਖਣ ਵਾਲੀ ਇਸ ਮਹਿਕਮੇ ਦੀ ਇਮਾਰਤ 'ਤੇ ਨਜ਼ਰ ਰੱਖਣ ਵਾਲਾ ਕੋਈ ਨਹੀਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਦਾ ਬਿਆਨ ਹਰਿਆਣਾ ਵਿੱਚ ਗੋਮਾਸ ਖਾਣ 'ਤੇ ਹੋਏਗੀ 5 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨਾ ਧਨਖੜ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਭੇਜ ਚੁੱਕੇ ਹਾਂ ਮਤਾ ਭਗਵਾ ਰੰਗ ਨੂੰ ਲੈ ਕੇ ਅਨਿਲ ਵਿਜ ਦਾ ਵੱਡਾ ਬਿਆਨ ਕਿਹਾ ਕਿ ਵਿਰੋਧੀ ਭਗਵਾ ਰੰਗ ਨੂੰ ਦੇਖ ਕੇ ਤੜਫਦੇ ਨੇ ਦਾਲ ਤੋਂ ਬਾਅਦ ਤੇਲਾਂ ਦੇ ਭਾਅ ਨੇ ਵਿਗਾੜਿਆ ਆਮ ਆਦਮੀ ਦਾ ਬਜਟ ਸਰੋਂ ਦੇ ਤੇਲ ਦੇ ਭਾਅ ਵਿੱਚ 20 ਤੋਂ 25 ਰੁਪਏ ਤੱਕ ਦਾ ਇਜ਼ਾਫਾ ਬਾਕੀ ਖੰਡ ਦੇ ਤੇਲਾਂ ਦੇ ਰੇਟ ਦੇ ਵਿੱਚ ਵੀ ਹੋਇਆ ਵਾਧਾ ਫਰੀਦਾਬਾਦ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਸ਼ਹਿਰ ਦੇ ਸਨਅਤਕਾਰਾਂ ਨੇ ਦਿੱਤੇ ਸੁਝਾਅ ਸੈਮੀਨਾਰ ਵਿੱਚ ਨਹੀਂ ਪਹੁੰਚੇ ਕਈ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਸਿਰਫ 2 ਵਿਧਾਇਕ ਰਹੇ ਮੌਜੂਦ ਗੁਰਗਾਓਂ ਦੇ ਸੋਹਾਣਾ 'ਚ ਇੱਕ ਵਿਦਿਆਰਥੀ ਅਤੇ ਉਸਦੇ ਦੋਸਤਾਂ ਅਤੇ ਸਾਥੀ ਵਿਦਿਆਰਥੀਆਂ ਦੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 4 ਨਵੰਬਰ ਨੂੰ ਹੋਏ ਹਾਦਸੇ 'ਚ ਜ਼ਖਮੀ ਹੋਏ ਸਨ 4 ਵਿਦਿਆਰਥੀ ਵਿੱਚੋਂ 2 ਦੀ ਹਾਲਤ ਗੰਭੀਰ ਪੁਲਿਸ ਕਰ ਰਹੀ ਹੈ ਜਾਂਚ ਇਰਾਕ 'ਚ ਬੰਧਕ ਬਣਾਏ ਗਏ ਭਾਰਤੀਆਂ ਦਾ ਨਹੀਂ ਕੋਈ ਥਾਂ ਪਤਾ ਪਰਿਵਾਰ ਹੋ ਰਹੇ ਨੇ ਪਰੇਸ਼ਾਨ ਜਲੰਧਰ ਦੇ ਕੁਲਵਿੰਦਰ ਦਾ ਵੀ ਕੋਈ ਪਤਾ ਨਾ ਲੱਗਣ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬਰਹਾਲ ਸਰਕਾਰ ਤੋਂ ਮਦਦ ਦੀ ਕਰ ਰਹੇ ਨੇ ਅਪੀਲ ਚੰਡੀਗੜ੍ਹ 'ਚ ਲੋਕਾਂ ਦੀ ਸਹੂਲਤ ਲਈ ਹਰ ਕੰਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਆਨਲਾਈਨ ਸਿਟੀਜ਼ ਚਾਰਟਰ ਵੀ ਹੋ ਰਿਹਾ ਤਿਆਰ ਰੋਜ਼ਾਨਾ ਅਪਡੇਟ ਕੀਤੀ ਜਾ ਰਹੀ ਹੈ ਸਾਈਟ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਸਾਬਕਾ ਫੌਜੀਆਂ ਲਈ 1 ਰੈਂਕ 1 ਪੈਨਸ਼ਨ ਲਾਗੂ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ਸਾਬਕਾ ਫੌਜੀਆਂ ਨੂੰ 1 ਜੁਲਾਈ 2014 ਤੋਂ ਮਿਲੇਗੀ ਵਧੀ ਹੋਈ ਪੈਨਸ਼ਨ ਹਿਮਾਚਲ ਦੇ ਮੰਡੀ ਦੇ ਜੋਗਿੰਦਰ ਨਗਰ ਵਿੱਚ ਜੰਗਲ 'ਚ ਮਿਲੀ ਇੱਕ ਨਵਜਾਤ ਬੱਚੀ ਮਜ਼ਦੂਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਲੱਭਣ ਦੇ ਲਈ ਪੜਤਾਲ ਕੀਤੀ ਸ਼ੁਰੂ HRTC ਨੇ ਦੀਵਾਲੀ 'ਤੇ ਕੰਟਰੈਕਟ 'ਤੇ ਰੱਖੇ ਗਏ ਮੁਲਾਜ਼ਮਾਂ ਨੂੰ ਦਿੱਤਾ ਇੰਕਰੀਮੈਂਟ ਦਾ ਤੋਹਫ਼ਾ ਹੋਰ ਵੀ ਕਈ ਦਿੱਤੇ ਗਏ ਤੋਹਫ਼ੇ ਟਰਾਂਸਪੋਰਟ ਮੰਤਰੀ GS ਬਾਲੀ ਨੇ ਕੀਤਾ ਐਲਾਨ ਫਰੀਦਾਬਾਦ 'ਚ ਨਜ਼ਰ ਆਇਆ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਮੁਹਿੰਮ ਦਾ ਅਸਰ ਸਿਹਤ ਮਹਿਕਮੇ ਵੱਲੋਂ ਕਈ ਥਾਵਾਂ ਉੱਤੇ ਕੀਤੀ ਗਈ ਛਾਪੇਮਾਰੀ ਭਰੇ ਗਏ ਸੈਂਪਲ
ਦੀ ਪੰਜਾਬ ਹਰਿਆਣਾ ਹਿਮਾਚਲ ਦੀ ਬਠਿੰਡਾ ਦੇ ਵਿੱਚ ਵੀ ਮੁਹਿੰਮ ਦਾ ਅਸਰ ਵੇਖਣ ਨੂੰ ਮਿਲਿਆ ਉੱਥੇ ਵੀ ਛਾਪੇਮਾਰੀ ਕੀਤੀ ਗਈ ਸਿਹਤ ਵਿਭਾਗ ਦੇ ਵੱਲੋਂ ਅਤੇ ਕਈ ਸੈਂਪਲ ਲੈ ਕੇ ਜਾਂਚ ਦੇ ਲਈ ਭੇਜੇ ਗਏ ਨੇ ਚੰਡੀਗੜ੍ਹ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਮੁਹਿੰਮ ਸੇਫ ਦੀਵਾਲੀ ਇਸ ਵਾਰ ਦੀਵਾਲੀ ਮਨਾਓ ਪਰ ਬੇਹੱਦ ਸੁਰੱਖਿਆ ਦੇ ਨਾਲ ਪਟਾਕਿਆਂ ਅਤੇ ਮਿਲਾਵਟੀ ਮਠਿਆਈ ਤੋਂ ਰਹੋ ਸਾਵਧਾਨ ਪ੍ਰੋਫੈਸ਼ਨਲ ਬਾਕਸਿੰਗ ਰਿੰਗ ਵਿੱਚ ਉਤਰੇ ਬਾਕਸਰ ਵਿਜਿੰਦਰ ਸਿੰਘ ਨੇ ਲਗਾਤਾਰ ਜਿੱਤਿਆ ਦੂਜਾ ਮੁਕਾਬਲਾ ਵਿਜਿੰਦਰ ਨੇ ਇੰਗਲੈਂਡ ਦੇ ਡੀਨ ਕਿਲਨ ਨੂੰ ਪਹਿਲੇ ਰਾਊਂਡ ਵਿੱਚ ਦਿੱਤੀ ਮਾਤ